160ਵੇਂ ਪ੍ਰਕਾਸ਼ ਉਤਸਵ ਤੇ ਪੰਜਾਬ ਤੇ ਦੇਸ਼ ਭਰ ਵਿੱਚ ਮਨਾਏ ਜਾ ਰਹੇ। ਸ਼੍ਰੋਮਣੀ ਭਗਤ ਬਾਬਾ ਸੈਨ ਭਗਤ ਜੀ ਮਹਾਰਾਜ ਜੀ ਦੇ 660ਵੇਂ ਪ੍ਰਕਾਸ਼ ਉਤਸਵ ਤੇ ਪੰਜਾਬ ਤੇ ਦੇਸ਼ ਭਰ ਵਿੱਚ ਮਨਾਏ ਜਾ ਰਹੇ ਜਨਮ ਦਿਵਸ ਦੇ ਸੰਬੰਧ ਵਿੱਚ ਬਾਬਾ ਸੈਨ ਭਗਤ ਮੰਦਿਰ ਧਰਮਸ਼ਾਲਾ ਲੁਧਿਆਣਾ ਵੱਲੋਂ 35ਵਾਂ ਸਾਲਾਨਾ ਪ੍ਰੋਗਰਾਮ ਤਿਲਕ ਨਗਰ ਰਾਹੋਂ ਰੋਡ ਤੇ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਪੰਜਾਬ ਦੇ ਦੇਸ਼ ਵਿਦੇਸ਼ ਤੋਂ ਸੈਨ ਭਾਈਚਾਰੇ ਨੇ ਇਕੱਠੇ ਹੋ ਕੇ ਸੈਨ ਜੀ ਦੀ ਮੂਰਤੀ ਦਾ ਇਸ਼ਨਾਨ, ਝੰਡੇ ਦੀ ਰਸਮ, ਜੋਤੀ ਪ੍ਰਚੰਡ, ਕੀਰਤਨ ਸਮਾਗਮ ਅਤੇ ਭਾਰੀ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ। ਇਸ ਮੌਕੇ ਤੇ ਕਮੇਟੀ ਦੇ ਚੇਅਰਮੈਨ ਹਰਵਿੰਦਰ ਹੈਪੀ, ਪ੍ਰਧਾਨ ਦਲਵੀਰ ਗਿੱਲ, ਜਨਰਲ ਸੈਕਟਰੀ ਦਯਾਨੰਦ, ਕੈਸ਼ੀਅਰ ਚਮਨ ਲਾਲ ਡੋਗਰਾ ਨੇ ਦੱਸਿਆ ਕਿ ਬਾਬਾ ਸੈਨ ਭਗਤ ਪਬਲਿਕ ਸਕੂਲ ਦੇ ਸਟਾਫ ਅਤੇ ਬੱਚਿਆਂ ਦੁਆਰਾ ਇੱਕ ਵਿਸ਼ੇਸ਼ ਰੈਲੀ, ਬੇਟੀ ਪੜਾਓ ਬੇਟੀ ਬਚਾਓ, ਜਲ ਬਚਾਓ ਜੀਵਨ ਬਚਾਓ ਇਲਾਕੇ ਵਿੱਚ ਜਨ ਜਾਗਰਤੀ ਲਈ ਕੱਢੀ ਗਈ। ਇਸ ਮੌਕੇ ਤੇ ਚਰਨਜੀ ਲਾਲ ਭਾਟੀਆ, ਹਿਮਾਚਲ ਪ੍ਰਦੇਸ਼ ਤੋਂ ਕਮਲ ਜੰਡਾ, ਜਲੰਧਰ ਅਰੁਣ ਕੁਮਾਰ ਹਿਊਮਨ ਰਾਈਟ ਕਲੱਬ ਦੇ ਚੇਅਰਮੈਨ ਚਿਰਾਗ ਥਾਪਰ, ਪ੍ਰਧਾਨ ਵਿਕਾਸ ਗੋਇਲ, ਨਰੇਸ਼ ਕੁਮਾਰ, ਰਮੇਸ਼ ਕੁਮਾਰ ਚੰਦਰਪਾਨ, ਸੁਰੇਸ਼ ਕੁਮਰਾ, ਮਨੋਹਰ ਲਾਲ, ਸੁਨੀਲ ਕੁਮਾਰ, ਰਘੂ ਰਾਏ, ਤਰਸੇਮ ਲਾਲ ਨੇਗੀ, ਦੇਵਦੱਤ ਚਾਕਲਾ, ਪਿਆਰਾ ਸਿੰਘ, ਜੰਜੂਆ ਸਿੰਘ, ਮਦਨ ਲਾਲ ਜੰਡਾ ਨੇ ਹਿੱਸਾ ਲਿੱਤਾ। ਇਸ ਮੌਕੇ ਤੇ ਸਭਾ ਨੂੰ ਸੰਬੋਧਿਤ ਕਰਦੇ ਹੋਏ ਹਰਵਿੰਦਰ ਹੈਪੀ ਤੇ ਦਲਵੀਰ ਗਿੱਲ ਨੇ ਸਮਾਜ ਨੂੰ ਨਸ਼ੇ ਤੋਂ ਮੁਕਤ ਕਰਨ ਤੇ ਬੇਟੀ ਬਚਾਓ ਦੀ ਸਹੁੰ ਖਵਾਈ ਤੇ ਧਰਮ ਅਤੇ ਸਮਾਜ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਦਰਸ਼ਕੋ, ਤੁਹਾਨੂੰ ਅੱਜ ਲੁਧਿਆਣਾ ਵਿਖੇ ਲੈ ਕੇ ਆਏ ਜਿੱਥੇ ਸੈਨ ਭਗਤ ਜੀ ਦਾ ਅੱਜ 35ਵਾਂ ਭੰਡਾਰਾ, ਵਾਰਸ਼ਿਕ ਭੰਡਾਰਾ ਕਰਵਾਇਆ ਜਾ ਰਿਹਾ। ਸਾਡੇ ਨਾਲ ਸਾਰੀ ਤਿਲਕ ਨਗਰ ਲੁਧਿਆਣਾ ਸੈਨ ਭਗਤ ਜਿਹੜੀ ਪ੍ਰਬੰਧਕ ਕਮੇਟੀ ਸਾਡੇ ਨਾਲ ਖੜੀ ਹੈ। ਅੱਜ ਬੱਚਿਆਂ ਨੂੰ ਇਹਨਾਂ ਨੇ, ਜਿਹੜੇ ਬੱਚੇ ਸ਼ਾਈਨਿੰਗ ਬੱਚੇ ਨੇ, ਉਹਨਾਂ ਨੂੰ ਇਹਨਾਂ ਨੇ ਸਕੂਲੀ ਕਿਤਾਬਾਂ, ਸਟੇਸ਼ਨਰੀ, ਹੋਰ ਵੀ ਸਾਰਾ ਜ਼ਰੂਰੀ ਸਮਾਨ ਦਿੱਤਾ। ਅਤੇ ਗੱਲਬਾਤ ਕਰਾਂਗੇ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਡੇ ਨਾਲ ਨੇ, ਕੀ ਕਹਿਣਾ ਚਾਹੋਗੇ ਗਿੱਲ ਸਾਹਿਬ ਜੀ? ਅੱਜ ਅਸੀਂ ਬਾਬਾ ਸੈਨ ਭਗਤ ਪ੍ਰਬੰਧਕ ਕਮੇਟੀ ਵੱਲੋਂ 35ਵਾਂ ਸਾਲਾਨਾ ਭੰਡਾਰਾ ਮਨਾ ਰਹੇ ਹਾਂ, ਉਤਸਵ ਮਨਾ ਰਹੇ ਹਾਂ 660ਵਾਂ, ਜਿਸ ਦੇ ਵਿੱਚ ਆਈ ਸੰਗਤਾਂ ਨੂੰ ਧੰਨਵਾਦ ਕਰਦੇ ਹਾਂ। ਅੱਜ ਅਸੀਂ ਇੱਕ ਅਸੀਂ ਬਾਬਾ ਸੈਨ ਭਗਤ ਦੇ ਨਾਂ 'ਤੇ ਸਕੂਲ ਚਲਾ ਰਹੇ ਹਾਂ, ਗਰੀਬ ਬੱਚਿਆਂ ਦਾ ਚੈਰੀਟੇਬਲ ਸਕੂਲ ਚਲਾ ਰਹੇ ਹਾਂ। ਉਹਨਾਂ ਅੱਜ ਬੱਚਿਆਂ ਨੂੰ ਇੱਕ ਅਸੀਂ ਰੈਲੀ ਵੀ ਕੱਢੀ ਹੈ, ਬੇਟੀ ਪੜਾਓ ਬੇਟੀ ਬਚਾਓ, ਅਤੇ ਬੱਚਿਆਂ ਨੂੰ ਸਟੇਸ਼ਨਰੀ ਵੀ ਵੰਡੀ ਹੈ। ਜੈ ਬਾਬਾ ਸੈਨ ਭਗਤ। ਕਮੇਟੀ ਦੇ ਚੇਅਰਮੈਨ ਹੈਪੀ ਜੀ ਸਾਡੇ ਨਾਲ ਨੇ, ਹੈਪੀ ਜੀ ਕੁਛ ਕਹਿਣਾ ਚਾਹੋਗੇ? ਬਿਲਕੁਲ, ਪ੍ਰਬੰਧਕ ਕਮੇਟੀ ਡੇਰਾ ਬਾਬਾ ਸੈਨ ਭਗਤ ਜੀ ਜੋ ਸਾਡਾ ਮੱਠ ਹੈ, ਉਹ ਪ੍ਰਤਾਪਪੁਰੇ ਵਿਖੇ 660ਵਾਂ ਬਾਬਾ ਸੈਨ ਭਗਤ ਜੀ ਦਾ ਇੱਕ ਬਹੁਤ ਵੱਡਾ ਪ੍ਰੋਗਰਾਮ ਜੋ ਇੰਡੀਆ ਲੈਵਲ 'ਤੇ, ਇੰਟਰਨੈਸ਼ਨਲ ਲੈਵਲ 'ਤੇ ਹੁੰਦਾ, ਉਹ ਕਰਾਉਂਦੇ ਹੈ। ਉਸ ਦੇ ਸੰਬੰਧ ਵਿੱਚ ਫਿਰ ਬਾਕੀ ਜਗ੍ਹਾ 'ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰੋਗਰਾਮ ਹੁੰਦੇ ਹਨ। ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇਹ ਲੁਧਿਆਣਾ ਸਮਾਜ ਵੱਲੋਂ 35ਵਾਂ ਦਲਵੀਰ ਗਿੱਲ ਜੀ ਅਤੇ ਦਯਾਨੰਦ ਜੀ ਅਤੇ ਉਹਨਾਂ ਦੇ ਪੂਰੀ ਟੀਮ ਦੇ ਨਾਲ ਇਹ ਪ੍ਰੋਗਰਾਮ ਹੋ ਰਿਹਾ ਹੈ। ਇਹ ਵਧਾਈ ਦੇ ਪਾਤਰ ਹਨ ਔਰ ਪੂਰੇ ਪੰਜਾਬ ਦੇ ਵਿੱਚ ਇਹ ਪਹਿਲਾ ਸਾਡਾ ਸਥਾਨ ਹੈ ਜਿੱਥੇ ਕਿ ਬਾਬਾ ਸੈਨ ਭਗਤ ਪਬਲਿਕ ਸਕੂਲ ਜੋ ਫਰੀ ਪਿਛਲੇ 15-16 ਸਾਲਾਂ ਤੋਂ ਦਲਵੀਰ ਗਿੱਲ ਦੀ ਅਗਵਾਈ ਵਿੱਚ ਚੱਲ ਰਿਹਾ। ਸੋ ਮੈਂ ਅੱਜ ਪੂਰੀ ਕਮੇਟੀ ਨੂੰ ਵਧਾਈ ਦਿੰਦਾ ਹਾਂ ਕਿ ਇਸੇ ਤਰ੍ਹਾਂ ਹੀ ਇਹ ਆਪਣਾ ਜੋ ਕਾਰਿਆ ਕਰ ਰਹੇ ਹਨ, ਸਮਾਜ ਦੀ ਸੇਵਾ ਕਰ ਰਹੇ ਹਨ, ਕਰੀ ਜਾਣ। ਜਲੰਧਰ ਤੋਂ ਉਚੇਚੇ ਤੌਰ 'ਤੇ ਪਹੁੰਚੇ ਪ੍ਰਬੰਧਕ ਕਮੇਟੀ ਦੇਹਰਾ ਬਾਬਾ ਸੈਨ ਭਗਤ ਪ੍ਰਤਾਪਪੁਰਾ, ਸਰਪ੍ਰਸਤ ਮੱਖਣ ਪੱਲਣ, ਸਰਵਣ ਸਿੰਘ ਫੌਜੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਸਾਬਕਾ ਸੈਕਟਰੀ ਮਾਸਟਰ ਗੁਰਦੇਵ ਸਿੰਘ, ਮੈਂਬਰ ਹਰਮੇਸ਼ ਲਾਲ ਅਤੇ ਹੋਰ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਸੰਨ 79 ਤੋਂ ਲੈ ਕੇ ਸੰਸਥਾ ਬਣਾ ਕੇ
इस नींह पत्थर रख के ड्यूटी उसारी की है। अज उस परमात्मा की बड़ी कृपा है बाबा सहन भगत जी की। दलवीर जी है जेडे 15 साल तो ये चले सेवा कर रहे हैं, बहुत अच्छी सेवा कर रहे हैं। इन सारा ग्रुप सारी टीम बहुत सोहने ढंग न चली है। मैं इन्हों का बहुत बहुत धन्यवाद करता हाँ। सहन भगत जी प्रबंधक कमेटी और जनरल सकत्तर ने दयानंद जी काफ़ी मेहनत करते हैं, अज के प्रोग्राम को कामयाब करने में भी काफ़ी इन्होंने महत्वपूर्ण भूमिका अदा की है। की कहना चाहोगे जी? मैनू तो एक यही है जी, मेरी बरादरी मेरा सहन समाज जो है इकत्र हो जाए, इकट्ठे हो जाए और अपनी बरादरी और अपने सहयोग नाल इहनू अगे लेके जाए कि समाज से साडा भी एक ओहदा हो जाए। मैं सहन समाज पंजाब वालों समूचे चेयरमैन होने के नाते मैं जिनी समुची टीम आ साडी लुधियाने की सारयां नूं मैं वधाई भी देना और मैं शलाघा भी करदा सरदार दलवीर सिंह रहण दी, मेरे वीर हरविंदर हैप्पी जी हरां दी, भाटिया साहब दी, जिन्हां ने इन्ना वधिया संस्था चला के इत्थों दे बच्चों नूं गरीब बच्चों नूं शिक्षा देंदे ने। असी इन्हां दे बहुत बहुत धन्नवादी हां जिन्हां ने अपने समाज नूं इत्थे बच्चों नूं शिक्षा दे के अगे वधाया। असी इन्हां दे प्रेरणा स्रोत हां, सानूं इन्हां टीम तो बहुत कुछ सीखण नूं मिलिया। प्रोग्राम संबंधी वधेरे जानकारी ले संपर्क करो मोबाइल 94172-13988 94172-13988। मेरे शेर आ रहे हैं ना? हाँ यार, चल चल चल, 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 चल।